ਆਖੀਏ ਨਾ ਦਿਨ ਨਾ ਮਹੀਨੇ ਤੇ ਨਾ ਦਿਨ ਨਾ ਮਹੀਨੇ ਤੇ ਨਾ ਸਾਲ ਤੇ ਮੁਕਨੀ ਨਾ ਦਿਨ ਨਾ ਨਹੀਂ ਹਾਲੇ ਵੀ ਕਈ ਬੰਦੇ ਨਹੀਂ ਬੋਲੇ ਜਿਹਨੂੰ ਅੱਲਾਹ ਨੇ ਜ਼ੁਬਾਨ ਦਿੱਤੀ ਆਖੋ ਨਾ ਦਿਨ ਨਾ ਸਾਲ ਤੇ ਵੇਖੋ ਕਿਹੜਾ ਬੰਦਾ ਜਿਹੜਾ ਅੱਲਾਹ ਕੋਲੋਂ ਬਖਸ਼ਿਸ਼ ਨਹੀਂ ਪਿਆ ਮੰਗਦਾ, ਜਿਹੜਾ ਨਬੀ ਦੇ ਵਸੀਲੇ ਨਾਲ ਨਹੀਂ ਮੰਗਦਾ, ਉਹਨੂੰ ਅੱਗ ਬੇਲੀਆ ਜੁਮੇ ਦਾ ਦਿਹਾੜਾ ਕਿਤੇ ਫੁੱਲਿਆ ਨਾ ਰਹੀ, ਉਹਦਾ ਕੰਧਾ ਪੜ ਕੇ ਹਿਲਾ ਕੇ ਆਖੋ ਓਏ ਮੰਗ ਲੈ ਰੱਬ ਕੋਲੋਂ ਬਖਸ਼ਿਸ਼, ਮੰਗ ਲੈ ਨਬੀ ਦੇ ਵਸੀਲੇ ਨਾਲ ਮੰਗ ਲੈ, ਨਾ ਦਿਨ ਨਾ ਨਾ ਦਿਨ ਨਾ ਮਹੀਨੇ ਨਾ ਸਾਲ ਤੇ ਮੁਕਨੀ ਨਾ ਸਾਲ ਤੇ ਮੁਕਨੀ ਗੱਲ ਹਸ਼ਰ ਨੂੰ ਐ ਆਮੀਨਾ, ਗੱਲ ਹਸ਼ਰ ਨੂੰ ਐ ਆਮੀਨਾ, ਤੇਰੇ ਲਾਲ ਤੇ ਤੇਰੇ ਲਾਲ ਤੇ ਮੁਕਨੀ ਗੱਲ ਹਸ਼ਰ ਨੂੰ ਐ ਆਮੀਨਾ, ਤੇਰੇ ਲਾਲ ਤੇ ਮੁਕਨੀ ਗੱਲ ਹਸ਼ਰ ਨੂੰ ਤੇਰੇ। ਔਰ ਇਹ ਜੋ ਬੱਚੇ ਸ਼ਰਾਰਤ ਕਰ ਰਹੇ ਹੈ ਨਾ, ਇਨਕੋ ਪਕੜ ਕੇ ਬਿਠਾਏ ਉੱਲੂ ਕੇ ਪੱਠੇ, ਬੈਠ ਜਾਓ ਸਾਰੇ ਮਿਲ ਕੇ ਮੇਰੇ ਨਾਲ ਆਖੋ ਗੱਲ ਹਸ਼ਰ ਨੂੰ ਐ ਆਮੀਨਾ, ਤੇਰੇ ਲਾਲ ਤੇ ਮੁਕਨੀ ਗੱਲ ਹਸ਼ਰ ਨੂੰ ਐ ਆਮੀਨਾ, ਨਾ ਦਿਨ ਨਾ ਮਹੀਨੇ ਤੇ। ਲੋਕਾਂ ਨੂੰ ਆਪਣੀਆਂ ਨਮਾਜ਼ਾਂ ਤੇ ਬੜਾ ਨਾਜ਼ ਏ, ਆਪਣੇ ਹੱਜ ਤੇ ਬੜਾ ਨਾਜ਼ ਏ, ਆਪਣੀ ਜਿਹੜੇ ਸਜਦੇ ਤੇ ਕਿਆਮ, ਸ਼ਾਹ ਜੀ ਮੈਂ ਇੰਨੇ ਕੁਰਾਨ ਦੀ ਤਿਲਾਵਤ ਕੀਤੀ ਏ, ਮੈਂ ਇੰਨੇ ਹੱਜ ਕੀਤੇ ਨੇ, ਮੈਂ ਇਤਨੇ ਜ਼ਿਆਦਾ ਉਮਰੇ ਕੀਤੇ ਨੇ, ਮੈਂ ਇੰਨੀਆਂ ਕੁਰਬਾਨੀਆਂ ਕਰਨਾ, ਇੰਨੀ ਦੌਲਤ ਅੱਲਾ ਦੀ ਰਾਹ ਤੇ ਖਰਚ ਕਰਨਾ ਵਾ। ਓਏ ਛੱਲੀਆ, ਜਦੋਂ ਤੱਕ ਮੇਰੇ ਨਬੀ ਦਾ ਵਸੀਲਾ ਨਾ ਹੋਵੇ, ਤੇਰੀ ਹੱਜ ਵੀ ਕਬੂਲ ਨਹੀਂ, ਤੇਰੀ ਜ਼ਿਆਰਤਾਂ ਕਬੂਲ ਕੋਈ ਨਹੀਂ, ਤੇਰੇ ਸਦਕੇ ਕਬੂਲ ਕੋਈ ਨਹੀਂ, ਤੇਰੀਆਂ ਨਮਾਜ਼ਾਂ ਤੇਰੇ ਕੁਰਾਨ ਦੀਆਂ ਤਿਲਾਵਤਾਂ ਕਬੂਲ ਨਹੀਂ, ਕਬੂਲ ਉਹਦੀ ਹੈ ਜਿਹਦੇ ਹੱਥ ਵਿੱਚ ਦਾਮਨੇ ਮੁਸਤਫਾ ਹੋਵੇ, ਕਿਉਂਕਿ ਗੱਲ ਹਸ਼ਰ ਨੂੰ ਐ ਆਮੀਨਾ, ਤੇਰੇ ਤੇਰੇ ਲਾਲ ਤੇ ਮੁਕਨੀ ਨਾ ਦਿਨ ਨਾ ਮਹੀਨੇ। ਭਾਵੇਂ ਤੂੰ 4 ਸਾਲ ਦਾ ਚਿੱਲਾ ਕੱਟ, 40 ਸਾਲ ਦਾ ਚਿੱਲਾ ਕੱਟ, 400 ਸਾਲ ਦੀ ਇਬਾਦਤ ਕਰਦਾ ਰਹੇ, ਭਾਵੇਂ ਤੂੰ ਦਾੜੀ ਲੰਮੀ ਰੱਖੀ ਹੋਵੇ, ਪੱਗ ਵੱਡੀ ਬੰਨੀ ਹੋਵੇ, ਜਿਤਨੀ ਮਰਜ਼ੀ ਤੂੰ ਅੱਲਾ ਅੱਲਾ ਕਰਦਾ ਰਹੇ, ਉਹਨਾਂ ਚਿਰ ਤੇਰੀ ਇਬਾਦਤ, ਤੇਰੀ ਸਜਦੇ, ਤੇਰਾ ਕਿਆਮ, ਤੇਰੀ ਤਸਬੀਹ, ਤੇਰੀ ਹਮਦ, ਕਿਸੇ ਦੀ ਤੋਹੀਦ ਵੀ ਕਾਬਲੇ ਕਬੂਲ ਨਹੀਂ, ਜੇ ਮੇਰੇ ਨਬੀ ਦਾ ਦਾਮਨੇ ਗੁਲਾਮੀ ਨਾ ਹੋਵੇ, ਕਿਉਂਕਿ ਗੱਲ ਹਸ਼ਰ ਨੂੰ ਐ ਆਮੀਨਾ, ਗੱਲ ਹਸ਼ਰ ਨੂੰ ਤੇਰੇ ਲਾਲ ਤੇ, ਤੇਰੇ ਲਾਲ ਤੇ, ਤੇਰੇ ਲਾਲ ਤੇ ਮੁਕਨੀ ਓਏ ਗੱਲ ਹਸ਼ਰ ਨੂੰ।